ਹਾਂਜੀ ਕਿੱਦਾਂ ਸਾਰੇ? ਅਤੇ ਅੱਜ ਮੈਂ ਬਣਾਉਣ ਲੱਗਾ ਪੁਦੀਨੇ ਦੀ ਚਟਨੀ। ਤੁਸੀਂ ਦੇਖ ਸਕਦੇ ਹੈ ਨਾ ਪੁਦੀਨਾ ਜਿਹੜਾ ਹੈਗਾ ਵਾ, ਅਤੇ ਇਹਦੀ ਮੈਂ ਚਟਨੀ ਬਣਾਉਣ ਲੱਗਾ ਜਿਹੜੀ ਆਪਾਂ ਦੇਸੀ ਤਰੀਕੇ ਨਾਲ ਬਣਾਉਂਦੇ ਹਾਂ, ਡੰਡੇ ਕੁੰਡੇ 'ਚ ਹੈ ਨਾ। ਮਿਸਕੀ 'ਤੇ ਸਾਰੇ ਕੋਈ ਬਣਾ ਲੈਂਦੇ ਗ੍ਰੈਂਡਰ ਕਰਕੇ, ਇਹਨੂੰ ਆਪਾਂ ਦੇਸੀ ਤਰੀਕੇ ਨਾਲ ਬਣਾਵਾਂਗੇ। ਅਤੇ ਮੈਂ ਤੁਸੀਂ ਦੇਖ ਸਕਦੇ ਜਿਹੜੇ ਪੱਤੇ ਆ ਚਟਨੀ ਦੇ ਨਾ, ਸਾਰੇ ਪੱਤੇ ਤੋੜ ਲਏ ਆ। ਅਤੇ ਪੁਦੀਨਾ ਨਾ ਤੁਸੀਂ ਇੱਦਾਂ ਕਰਕੇ ਪੱਤੇ ਪੱਤੇ ਜਿਹੜੇ ਤੋੜ ਲੈਣੇ ਆ, ਫਿਰ ਅੱਗੇ ਜਿਹੜਾ ਆਪਾਂ ਇਹਨੂੰ ਡੰਡੇ ਕੁੰਡੇ 'ਚ ਪਾ ਕੇ ਜਿਹੜਾ ਕਰਾਂਗੇ ਹੈ ਨਾ, ਕੁੱਟਾਂਗੇ ਇਹਨੂੰ ਚੰਗੀ ਤਰ੍ਹਾਂ। ਹਾਂਜੀ, ਅਤੇ ਅੱਗੇ ਆਪਾਂ ਪੁਦੀਨੇ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਵਾ, ਜਿਹੜੀ ਇਹਦੇ 'ਤੇ ਧੂਲ ਮਿੱਟੀ ਲੱਗੀ ਹੋਵੇ ਜਿਹੜੀ ਉਹ ਚੰਗੀ ਤਰ੍ਹਾਂ ਜਿਹੜੀ ਲੱਤ 'ਚ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਧੋ ਲੈਣਾ ਵਾ, ਇਹਦੇ ਜਿਹੜੀ ਮਿੱਟੀ ਘੱਟਾ ਥੋੜ੍ਹਾ ਬਹੁਤਾ ਲੱਗਾ ਉਹ ਸਾਫ਼ ਹੋ ਜੇ। ਹਾਂਜੀ, ਅਤੇ ਆਪਾਂ ਜਿਹੜਾ ਲਿਆ ਵਾ ਸਾਰਾ ਸਮਾਨ, ਪਿਆਜ਼ ਚੀਰਿਆ ਵਾ, ਹਰੀਆਂ ਮਿਰਚਾਂ ਅਤੇ ਅਨਾਰਦਾਨਾ, ਕਾਲੀ ਮਿਰਚ ਲਈ ਆ, ਪੁਦੀਨਾ ਤੁਹਾਨੂੰ ਅੱਗੇ ਵੀ ਦਿਖਾਇਆ ਵਾ, ਅਤੇ ਅੱਗੇ ਜਿਹੜੇ ਮਸਾਲੇ ਮਸੂਲੇ ਸਾਰੇ ਇਹਦੇ ਵਿੱਚ ਪੈਣਗੇ। ਅਤੇ ਆਹ ਜਿਹੜਾ ਡੰਡਾ ਗੁੰਡਾ, ਇਹਦੇ ਵਿੱਚ ਆਪਾਂ ਚਟਨੀ ਬਣਾਵਾਂਗੇ। ਵਧੀਆ ਵੈਸੇ ਜਿਹੜੀ ਚਟਨੀ ਉਹ ਇਹਦੇ 'ਚ ਹੀ ਬਣਦੀ ਆ, ਗ੍ਰੈਂਡ ਕਰਕੇ ਤਾਂ ਐਵੇਂ ਜ਼ਿਆਦਾ ਹੀ ਨਾ ਪਤਾ ਹੀ ਨਹੀਂ ਲੱਗਦਾ ਕੀ ਬਣ ਗਿਆ ਵਾ। ਅਤੇ ਚਲੋ ਫਿਰ ਸ਼ੁਰੂ ਕਰਦੇ ਹਾਂ, ਹੁਣ ਆਪਾਂ ਬਣਾਉਂਦੇ ਹਾਂ ਚਟਨੀ, ਅਤੇ ਦਿਖਾਉਂਦੇ ਹਾਂ ਤੁਹਾਨੂੰ ਕਿਵੇਂ ਬਣਾਵਾਂਗੇ। ਪਹਿਲਾਂ ਆਪਾਂ ਪਾਵਾਂਗੇ ਅਨਾਰਦਾਨਾ, ਅਤੇ ਜਿਹੜੀਆਂ ਮਿਰਚਾਂ ਉਹ ਆਪਾਂ ਇਹਦੇ ਵਿੱਚ ਪਾ ਦੇਣੀਆਂ ਸਾਰੀਆਂ। ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਕੁੱਟਾਂਗੇ, ਇੱਦਾਂ ਕਰਕੇ ਕੁੱਟ ਲੈਣਾ ਇਹਨਾਂ ਨੂੰ। ਕਾਲੀਆਂ ਮਿਰਚਾਂ ਅਤੇ ਜਿਹੜੀਆਂ ਆਪਾਂ ਅਨਾਰਦਾਨਾ ਵਾ ਉਹ ਕਰ ਲਿਆ ਵਾ। ਇਸ ਤੋਂ ਬਾਅਦ ਆਪਾਂ ਪਾਵਾਂਗੇ ਗੰਢਾ, ਅਤੇ ਜਿਹੜੀ ਹਰੀ ਮਿਰਚ ਹੈ ਆਪਣੇ ਕੋਲ, ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਕੁੰਡੇ 'ਚ ਪੂਰਾ ਐਨ ਚੰਗੀ ਤਰ੍ਹਾਂ ਜਿਹੜਾ ਇਹਨਾਂ ਨੂੰ ਕੁੱਟ ਲੈਣਾ ਵਾ ਇੱਦਾਂ ਕਰਕੇ। ਇਸ ਤੋਂ ਬਾਅਦ ਪਾਇਆ ਜਾਊਗਾ ਪੁਦੀਨਾ, ਫਿਰ ਬਣੂਗੀ ਘੈਂਟ ਚਟਨੀ। ਪਿਆਜ਼ ਆਪਾਂ ਇੱਦਾਂ ਦੇ ਕੁੱਟ ਕਰ ਲਏ ਹੈ ਨਾ, ਕੁੱਟ ਕੇ ਇੱਦਾਂ ਦੇ ਕਰ ਲੈਣੇ ਆ, ਅਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜਾ ਪੁਦੀਨਾ, ਪੁਦੀਨੇ ਦੇ ਪੱਤੇ, ਉਹਨੂੰ ਪਾ ਕੇ ਇੱਦਾਂ ਚੰਗੀ ਤਰ੍ਹਾਂ ਕਰ ਲੈਣਾ ਵਾ, ਕੁੱਟ ਲੈਣਾ ਵਾ ਤਿੰਨਾਂ ਕੱਪਾਂ, ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਵਾ, ਪੂਰਾ ਚੰਗੀ ਤਰ੍ਹਾਂ ਕੁੱਟਣਾ ਇਹਨੂੰ ਨਾਲ। ਇਸ ਤੋਂ ਬਾਅਦ ਜਿਹੜਾ ਨਮਕ ਨਮਕ ਇਹਦੇ ਵਿੱਚ ਆਪਾਂ ਸਾਰਾ ਐਡ ਕਰਾਂਗੇ, ਪਹਿਲਾਂ ਇਹਨੂੰ ਚੰਗੀ ਤਰ੍ਹਾਂ ਕੱਟਾਂਗੇ। ਇਸ ਤੋਂ ਬਾਅਦ ਹੁਣ ਆਪਾਂ ਇਹ 'ਚ ਜਿਹੜਾ ਨਮਕ ਪਾਉਣਾ ਵਾ ਸਵਾਦ ਅਨੁਸਾਰ ਜਿਹੜਾ ਨਮਕ ਪਾਵਾਂਗੇ, ਜਿੰਨਾ ਕੁ ਤੁਸੀਂ ਇਹ 'ਚ ਪਾਉਣਾ ਉਨਾ ਕੁ ਤੁਸੀਂ ਪਾ ਸਕਦੇ ਜੀ। ਮੈਂ ਅੱਧਾ ਕੁ ਚਮਚ ਜਿਹੜਾ ਇਹ 'ਚ ਪਾਇਆ ਵਾ ਨਮਕ, ਅਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਕਰ ਲੈਣਾ ਵਾ ਨਾ, ਪੂਰਾ ਕੁੱਟ ਲੈਣਾ ਚੰਗੀ ਤਰ੍ਹਾਂ। ਤੁਸੀਂ ਵੇਖ ਸਕਦੇ ਚਟਨੀ ਹੋ ਗਈ ਆਪਣੀ ਤਿਆਰ, ਅਤੇ ਇਹਨੂੰ ਤੁਸੀਂ ਰੋਟੀ ਨਾਲ ਖਾ ਸਕਦੇ, ਅਤੇ ਇਹਨੂੰ ਤੁਸੀਂ ਰੱਖ ਵੀ ਸਕਦੇ ਲੋੜ ਅਨੁਸਾਰ, ਜਿੰਨੀ ਕੁ ਤੁਸੀਂ ਖਾਣੀ ਆ, ਬਾਕੀ ਤੁਸੀਂ ਫਰਿੱਜ 'ਚ ਵੀ ਇਹਨੂੰ ਰੱਖ ਸਕਦੇ। ਅਤੇ ਵਧੀਆ ਚੀਜ਼ ਆ ਨਾ, ਹਾਜ਼ਮਾ ਹੁਜਮਾ ਵਧੀਆ ਰਹਿੰਦਾ ਇਹਦੇ ਨਾਲ, ਅਤੇ ਰੋਟੀ ਵੀ ਜਿਹੜੀ ਸਵਾਦ ਲੱਗਦੀ ਆ, ਸਬਜ਼ੀ ਸੁਬਜ਼ੀ ਨਾਲ, ਕਿਸੇ ਬਿਨਾਂ ਸਬਜ਼ੀ ਤੋਂ ਆਪਾਂ ਇਹਨੂੰ ਖਾ ਸਕਦੇ ਹਾਂ ਰੋਟੀ।